ਜੀ ਸੋਹਣਿਓ, ਤੇ ਮੈਂ ਤੁਹਾਡਾ ਆਪਦਾ ਵੀਰ ਸਜਾ ਸੱਜਣ ਤੇ ਪਿਆਰਿਓ, ਗੀਤ ਤੇ ਫਿਲਮ ਲੱਗ ਰਹੀ ਹੈਦਰ ਸੁਲਤਾਨ ਦੀ ਬਾਬਲ ਵੀਰ, ਤੇ ਉਹਦੇ ਪਿਆਰਿਓ ਜਿਹੜੇ ਵਿਲਨ ਦਾ ਰੋਲ ਕੀਤਾ ਹੈ ਯੂਸਫ ਜੱਟ ਸਾਹਿਬ ਹੋਣਾ, ਤੇ ਅਸੀਂ ਇਹਨਾਂ ਨੂੰ ਪੁੱਛਾਂਗੇ ਕਿ ਇਹਨਾਂ ਕਿਹੜਾ ਉਹ ਡਾਇਲੌਗ ਬੋਲਿਆ ਕਿ ਪੂਰੀ ਫਿਲਮ ਇੰਡਸਟਰੀ ਦੇ ਵਿੱਚ ਇਹਦੇ ਰੋਲੇ ਪੈ ਗਏ, ਕਿ ਨਵਾਂ ਵਿਲਨ ਆਇਆ ਕਿ ਯਾਰ ਮੁੰਡੇ ਨੇ ਖੀਰ ਕਰ ਦਿੱਤੀ, ਕਿ ਇਹਦੀ ਤੁਸੀਂ ਆਵਾਜ਼ ਸੁਣੋਗੇ ਨਾ ਤੇ ਯਾਰ ਤੁਹਾਡੇ ਵੀ ਹੋਸ਼ ਗੁੰਮ ਹੋ ਕੇ ਰਹਿ ਜਾਣਗੇ। ਤੇ ਹੁਣ ਤੁਹਾਡੇ ਅਸੀਂ ਗੱਲਬਾਤ ਕਰਨੀ ਹੈ ਯੂਸਫ ਜੱਟ ਸਾਹਿਬ ਹੋਰਾਂ ਨਾਲ। ਸਲਾਮ ਅਲੈਕਮ ਯੂਸਫ ਜੱਟ ਸਾਹਿਬ। ਵਾਲੇਕੁਮ ਸਲਾਮ ਜੀ, ਮੇਰਾ ਨਾਮ ਯੂਸਫ ਜੱਟ ਹੈ ਜੀ। ਮੈਂ ਇਸ ਬਾਬਲ ਵੀਰ ਫਿਲਮ 'ਚ ਵਿਲਨ ਦਾ ਰੋਲ ਕਰਨਾ ਪਿਆ, ਔਰ ਮਜ਼ੇ ਦੀ ਗੱਲ ਇਹ ਦੱਸਾਂ ਕਿ ਫੈਮਲੀ ਦੇ ਵੇਖਣ ਵਾਲੀ ਫਿਲਮ ਹੈ, ਈਦ ਉਲ ਫਿਤਰ ਰਿਲੀਜ਼ ਹੋ ਰਹੀ ਹੈ। ਸਭ ਦੇਖਣ ਸੁਣਨ ਵਾਲਿਆਂ ਨੂੰ ਅਪੀਲ ਕਰਨੇ, ਰਿਕੁਐਸਟ ਕਰਨੇ ਕਿ ਇਹਨੂੰ ਵੇਖਣ ਆਓ, ਇਹਦੇ ਵਿੱਚ ਤੁਹਾਨੂੰ ਅਜੀਬ ਚੀਜ਼ਾਂ ਨਜ਼ਰ ਆਉਣਗੀਆਂ ਜਿਹੜਾ ਤੁਹਾਨੂੰ ਲੁਤਫ ਦੇਣਗੀਆਂ ਇਨਸ਼ਾਅੱਲਾ ਅਜ਼ੀਮ। ਅਸੀਂ ਮਿਹਨਤ ਦਿਲ ਨਾਲ ਕਰਨੇ ਪਏ ਹਾਂ, ਅਤੇ ਇੱਕ ਬਾਈ ਜੀ ਕਹਿੰਦੇ ਨੇ ਕਿ ਜਿਹੜਾ ਤੁਸੀਂ ਫਿਲਮ 'ਚ ਡਾਇਲੋਗ ਬੋਲਿਆ ਉਹ ਬੋਲ ਕੇ ਵਿਖਾਓ, ਫਿਰ ਹੀਰੋ ਨਾਲ ਮੁਖਾਤਬ ਹੁੰਦੇ ਵਕਤ ਜਿਹੜਾ ਮੈਂ ਡਾਇਲੋਗ ਬੋਲਿਆ ਮੈਂ ਪੇਸ਼ ਕਰਨਾ। ਚਾਰ ਸ਼ੇਰ ਤੇ ਪੰਜਵਾਂ ਚੀਤਾ ਲੱਭਾ, ਓਏ ਤੈਨੂੰ ਗੁੰਮ ਕਰ ਦਿਆਂਗੇ ਝੂਪਟੀ, ਓਏ ਗੁੰਮ ਕਰ ਦਿਆਂਗੇ। ਗੁੱਡੋ ਹਾਂਜੀ ਪਿਆਰਿਓ, ਸੁਣੇ ਜੀ ਇਹ ਡਾਇਲੌਗ, ਤੇ ਹਾਲੇ ਤੇ ਤੁਸੀਂ ਇਹ ਸੈਲਮੇ 'ਚ ਜਾ ਕੇ ਫਿਲਮ ਜ਼ਰੂਰ ਵੇਖਣੀ, ਤੁਹਾਨੂੰ ਯਾਰ ਮਜ਼ਾ ਆਵੇਗਾ, ਸਵਾਦ ਆਵੇਗਾ। ਤੇ ਜੇ ਪਿਆਰਿਓ ਸਾਡੀ ਅੱਜ ਦੀ ਸਟੋਰੀ ਕਿ ਹੈਦਰ ਸੁਲਤਾਨ ਦੀ ਫਿਲਮ ਈਦ 'ਤੇ ਲੱਗ ਰਹੀ ਹੈ ਬਾਬਲ ਵੀਰ, ਅਤੇ ਇਹਨੂੰ ਵੇਖਣਾ ਨਾ ਭੁੱਲਿਆ ਜੇ। ਅਤੇ ਇਹ ਸਾਡੇ ਯੂਸਫ ਜੱਟ ਸਾਹਿਬ ਇਹਨਾਂ ਯਾਰਾਂ ਦੇ 'ਚ ਕਮਾਲ ਹੀ ਕਰ ਦਿੱਤੀ ਕਿ ਤੁਸੀਂ ਵੇਖੋਗੇ ਨਾ ਤੇ ਯਾਰ ਤੁਹਾਡੇ ਹੋਸ਼ ਗੁੰਮ ਹੋ ਕੇ ਰਹਿ ਜਾਣਗੇ। ਤੇ ਇਹ ਜੇ ਪਿਆਰਿਓ ਸਾਡੀ ਅੱਜ ਦੀ ਸਟੋਰੀ, ਤੇ ਜੇ ਤੁਸੀਂ ਮਜ਼ੀਦ ਇਹੋ ਜਿਹੀਆਂ ਜਾਣਕਾਰੀ ਵਾਲੀਆਂ ਸਟੋਰੀਆਂ ਵੇਖਣਾ ਚਾਹੁੰਦੇ ਜੇ ਜਾਂ ਸੁਣਨਾ ਚਾਹੁੰਦੇ ਜੇ, ਤੇ ਪਿਆਰਿਓ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਤੇ ਕਮੈਂਟ ਦੇ ਵਿੱਚ ਆਪਦੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਕਰੋ, ਤੇ ਨਾਲੇ ਪਿਆਰਿਓ ਸਾਨੂੰ ਦੱਸਿਆ ਕਰੋ ਕਿ ਤੁਸੀਂ ਕਿਹੜੇ ਸ਼ਹਿਰ 'ਚੋਂ ਵੇਖ ਰਹੇ ਜੇ। ਪਾਕਿਸਤਾਨ ਜ਼ਿੰਦਾਬਾਦ।